ਉਹ ਬੱਚੇ ਕੱਢਣ ਗਿਆ ਸੀ ਜੀ ਕੁੱਤਿਆਂ ਦੇ। ਹਾਂਜੀ ਉਹ ਤਾਂ ਕੱਢਣ ਵਗ ਗਿਆ ਸੀ ਪਰ ਉਹ ਬੱਚਾ ਕਰਕੇ ਖੜਾ ਗਿਆ, ਨਹੀਂ ਆਪ ਤਾਂ ਆ ਜਾਵੇ। ਹਾਂਜੀ ਨਹੀਂ ਦੋ ਗਏ ਸੀ, ਇੱਕ ਦਾ ਦਮ ਚੜ ਗਿਆ, ਉਹ ਮੁੜਿਆ ਆ ਪੁੱਠਾ, ਉਹ ਰੱਸੀ ਫਸ ਗਈ, ਰੱਸੀ ਕਬਾੜ 'ਚ ਫਸ ਗਈ। सरकार का बनाया लोग ज्यादातर देख रहे हैं कि तनाव ये नहीं ਬੇਟਾ ਜੀ ਇਹ ਹੋ ਗਿਆ ਜੀ 15-20 ਮਿੰਟ 20-25 ਮਿੰਟ ਹੋ ਗਏ ਨੇ। ਪ੍ਰਸ਼ਾਸਨ ਦਾ ਕੋਈ ਅਧਿਕਾਰ ਨਹੀਂ, ਕੋਈ ਨਹੀਂ ਆਇਆ, ਕੋਈ ਨਹੀਂ ਆਇਆ ਜੀ। ਕਾਦੇ ਲਈ ਉੱਥੇ ਖੜਿਆ ਹੈ? ਉਹ ਬੱਚੇ ਕੱਢਣ ਗਿਆ ਸੀ ਜੀ ਕੁੱਤਿਆਂ ਦੇ। ਹਾਂਜੀ ਉਹ ਤਾਂ ਕੱਢਣ ਵਗ ਗਿਆ ਸੀ ਪਰ ਉਹ ਬੱਚਾ ਕਰਕੇ ਖੜਾ ਗਿਆ, ਨਹੀਂ ਆਪ ਤਾਂ ਆ ਜਾਵੇ। ਇਕੱਲੇ ਹੀ ਗਿਆ ਸੀ? ਹਾਂਜੀ ਨਹੀਂ ਦੋ ਗਏ ਸੀ, ਇੱਕ ਦਾ ਦਮ ਚੜ ਗਿਆ, ਉਹ ਮੁੜਿਆ ਆ ਪੁੱਠਾ, ਉਹ ਰੱਸੀ ਫਸ ਗਈ, ਰੱਸੀ ਕਬਾੜ 'ਚ ਫਸ ਗਈ। ਹਾਂਜੀ ਹਾਂਜੀ ਤੈਰਨਾ ਆਉਂਦਾ ਜੀ, ਤੈਰਨ ਤੋਂ ਬਿਨਾਂ ਨਹੀਂ ਗਿਆ। ਉਹ ਬੱਚੇ ਕੱਢਣ ਗਿਆ ਸੀ ਜੀ ਕੁੱਤਿਆਂ ਦੇ। ਹਾਂਜੀ ਉਹ ਤਾਂ ਕੱਢਣ ਵਗ ਗਿਆ ਸੀ ਪਰ ਉਹ ਬੱਚਾ ਕਰਕੇ ਖੜਾ ਗਿਆ, ਨਹੀਂ ਆਪ ਤਾਂ ਆ ਜਾਵੇ। ਹਾਂਜੀ ਨਹੀਂ ਦੋ ਗਏ ਸੀ, ਇੱਕ ਦਾ ਦਮ ਚੜ ਗਿਆ, ਉਹ ਮੁੜਿਆ ਆ ਪੁੱਠਾ, ਉਹ ਰੱਸੀ ਫਸ ਗਈ, ਰੱਸੀ ਕਬਾੜ 'ਚ ਫਸ ਗਈ। ਬਹੁਤ ਜ਼ਿਆਦਾ ਪਾਣੀ ਦਾ ਬਹਾਵ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਹੈਗਾ, ਲੇਕਿਨ ਸਰਕਾਰ ਦਾ ਬਣਿਆ ਲੋਕ ਜ਼ਿਆਦਾਤਰ ਉਹਦੇ ਦੇਖ ਰਹੇ ਨੇ ਕਿ ਤਨਾਸ ਜੇ ਨਹੀਂ ਲੋਕ ਲੱਗ ਗਿਆ ਨਾ ਤੇਰਾ ਲੋਕ ਲਾਇਆ ਪਿਆ ਬੇਟਾ ਜੀ। ਇਹ ਹੋ ਗਿਆ ਜੀ 15-20 ਮਿੰਟ 20-25 ਮਿੰਟ ਹੋ ਗਏ ਨੇ। ਕੋਈ ਨਹੀਂ ਆਇਆ, ਕੋਈ ਨਹੀਂ ਆਇਆ ਜੀ। ਉਹ ਬੱਚੇ ਕੱਢਣ ਗਿਆ ਸੀ ਜੀ ਕੁੱਤਿਆਂ ਦੇ। ਹਾਂਜੀ ਉਹ ਤਾਂ ਕੱਢਣ ਵਗ ਗਿਆ ਸੀ ਪਰ ਉਹ ਬੱਚਾ ਕਰਕੇ ਖੜਾ ਗਿਆ, ਨਹੀਂ ਆਪ ਤਾਂ ਆ ਜਾਵੇ। ਹਾਂਜੀ ਨਹੀਂ ਦੋ ਗਏ ਸੀ, ਇੱਕ ਦਾ ਦਮ ਚੜ ਗਿਆ, ਉਹ ਮੁੜਿਆ ਆ ਪੁੱਠਾ, ਉਹ ਰੱਸੀ ਫਸ ਗਈ, ਰੱਸੀ ਕਬਾੜ 'ਚ ਫਸ ਗਈ। ਹਾਂਜੀ ਹਾਂਜੀ ਤੈਰਨਾ ਆਉਂਦਾ ਜੀ, ਤੈਰਨ ਤੋਂ ਬਿਨਾਂ ਨਹੀਂ ਗਿਆ। ਹਾਂਜੀ ਹਾਂਜੀ।